ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਸੰਦੀਪ ਫਾਰਮਿੰਗ ਧਿਰਾਂ ਦੇ। ਅੱਜ ਆਪਾਂ ਵੇਜੀ ਸਰਨ ਦੇ ਖੇਤ ਦੇ ਵਿੱਚ ਪਹੁੰਚੇ, ਪਿੰਡ ਦੌਲਤਪੁਰਾ, ਜ਼ਿਲ੍ਹਾ ਤਹਿਸੀਲ ਸ੍ਰੀ ਗੰਗਾਨਗਰ। ਇੱਕ ਨਵੀਂ ਚੀਜ਼ ਦੇਖੀ ਜੀ, ਆਹ ਜਿਹੜੀਆਂ ਗੱਠਾਂ ਵੇਖ ਰਹੇ ਹੋ ਪਿੱਛੇ ਪਈਆਂ, ਜਿਵੇਂ ਆਪਣੇ ਝੋਨੇ ਦੀ ਪਰਾਲੀ ਦੀ ਗੱਠ ਹੁੰਦੀ ਹੈ, ਉਸੇ ਤਰ੍ਹਾਂ ਇਹ ਕਮਾਦ ਦੀਆਂ ਗੱਠਾਂ ਬਣਾਈਆਂ। ਕਮਾਦ ਦਾ ਜਿਹੜਾ ਵੇਸਟਜ ਹੁੰਦਾ ਛਿਲਕਾ, ਉਹਦੀਆਂ ਗੱਠਾਂ ਮਸ਼ੀਨ ਨਾਲ ਬਣਾਈਆਂ ਹੋਈਆਂ ਨੇ। ਤਾਂ ਇਹਨਾਂ ਨੇ ਖੇਤ ਦੇ ਵਿੱਚ ਲਿਆ ਕੇ ਨੇ। ਤਾਂ ਬਾਈ ਜੀ ਨਾਲ ਆਪਾਂ ਜਾਣਕਾਰੀ ਲੈਂਦੇ ਹਾਂ ਵੇਦ ਜੀ ਸਾਰਨ ਦੇ ਨਾਲ, ਆਹ ਉਹ ਚੱਲਦੇ ਹਾਂ ਬਾਈ ਜੀ ਕੋਲੇ। ਤਾਂ ਇਹਦਾ ਕੀ ਕੰਮ ਲਿਆ ਇਹਨਾਂ ਨੇ, ਕਿੰਨੇ ਚਾਹੀਦੇ ਅਤੇ ਕਿੱਥੋਂ ਬਣਵਾਈ ਹੈ? ਨਮਸਕਾਰ ਵੇਦ ਜੀ। ਨਮਸਕਾਰ ਜੀ, ਹੋਰ ਕੀ ਹਾਲ ਹੈ? ਬੜੀਆ ਸਰ, ਬੜੀਆ। ਠੀਕ ਹੈ। ਸਾਰਿਆਂ ਤੋਂ ਪਹਿਲਾਂ ਸਾਨੂੰ ਤੁਸੀਂ ਆ ਗੱਠਾਂ ਦਾ ਦੱਸੋ, ਜਿਹੜੀਆਂ ਗੱਠਾਂ ਰੱਖ ਰੱਖੀਆਂ ਨਾ ਉਹ ਪਿੱਛੇ ਵੀ ਪਈ ਆਉਂ ਚਾਹੁੰਦੀ ਵੀ ਇਹਨਾਂ ਦਾ ਕੀ ਕੰਮ ਵਾਸਤੇ ਲਈ ਹੈ ਤੁਸੀਂ ਅਤੇ ਕੀ ਫਾਇਦਾ ਇਹਦਾ, ਕਿੰਨੇ ਚਲੇ? जी ये अपने पड़ोस में इंद्र जी गंदू है, उनके गन्ना बीजते हैं, ठीक है, उनसे बनवाई है और लगभग 2000 रुपये पर बीघा उन्होंने बनवाई ली थी मशीन वाले ने, ठीक है। तो ये अपने लिए थी बाग के अंदर पौधों के नीचे मल्च करने के लिए, ठीक है। तो इसका एक तो बड़ा फायदा भाई यार, कैमरामैन सारिया अच्छा भी थल्ले सारे बाग के आसे पास पाई है। हाँ जी हाँ जी। सबसे बड़ा फ़ायदा तो एक तो ये है कि इसके अंदर कोई घास फूस या खरपतवार बहुत ही कम उगेगा या उगेगा ही नहीं, ठीक है। दूसरा कि इसमें जो नमी है इसके नीचे ज़मीन के अंदर पानी की नमी है वो ज़्यादा लंबे टाइम तक बनी रहती है, उसके कारण पानी की कमी नहीं आती पौधों में, ठीक। और गर्मी से ये जो ज़मीन का जो टेम्परेचर बढ़ता है उसको भी रोकता है, कंट्रोल करता है। ये पहला भी पाई है कि आज की बार? नहीं, पहली बार है। पहली बार पाई है, नवा काम किया है। हाँ जी हाँ जी। ਇਹਦੇ ਉੱਤੇ ਹੋਰ ਵੀ ਕੁਛ ਪਾਇਆ ਤੁਸੀਂ? ਅਬ ਇਸਕੋ ਗਲਾਣੇ ਕੇ ਲੀਏ ਜਾਂ ਖਾਦ ਬਣਾਉਣੇ ਕੇ ਲੀਏ ਸਾਲ ਭਰ ਮੇ ਲਗਭਗ ਗਲ ਕੇ ਖਾਦ ਬਣ ਜਾਏਗੀ, ਉਸਕੇ ਅੰਦਰ ਆਪਣੇ ਡੀ ਕੰਪੋਜ਼ਰ ਔਰ ਗੋਕਰ ਪਾਮ੍ਰਿਤ ਕੇ ਜੋ ਬੈਕਟੀਰੀਆਜ ਹੈ ਹਾਂਜੀ ਉਹ ਡਾਲੇ ਗਏ ਹੈ, ਠੀਕ ਹੈ ਜੀ। ਅਤੇ ਬਾਗ ਆਪਣੇ ਕੋਲ ਹੈਗਾ ਜਿਵੇਂ ਕਿੰਨੂ ਹੈ ਇਹ? ਕਿੰਨੂ ਹੈ ਜੀ। ਅਤੇ ਕਿੰਨੂ ਦੇ ਨਾਲ ਬਾਈ ਨੇ 3 ਕੰਮ ਕੀਤੇ ਹੋਏ ਆ ਤੁਹਾਨੂੰ ਦਿਖਾਉਣੇ ਆ। ਕਿੰਨੂ ਦੇ ਨਾਲ 1 ਤਾਂ ਅਮਰੂਦ ਲਾਏ ਹੋਏ ਆ ਅਤੇ 1 ਕੱਦੂ ਦੀਆਂ ਵੱਲਾਂ ਵੀ ਲਾਈਆਂ ਹੋਈਆਂ ਨੇ ਇਹਦੇ ਸਾਰੇ ਦੇ ਵਿੱਚ। ਆਹ ਦਿਖਾਓ ਵੀ ਕੱਦੂ ਲਾਏ ਹੋਏ ਆ ਆਹ ਲਾਈਨਾਂ ਦੇ ਵਿੱਚ, ਤਾਂ ਇਹ ਕਿਸ ਤਰ੍ਹਾਂ ਲਾਏ ਹੋਏ ਜੀ? ਕੱਦੂ ਬਾਰੇ ਜਾਣਕਾਰੀ ਦਿਓ ਸਾਨੂੰ। ਸਰ ਕੱਦੂ ਕਹਿਣ ਤਾਂ ਇਹ ਹੈ ਕਿ ਮੈਂ ਚਾਹਤਾ ਥਾ ਕਿ ਮਲਟੀ ਲੇਅਰ ਫਾਰਮਿੰਗ ਜਾਂ ਮਲਟੀ ਕਰੋਪ ਆਪਣੇ ਬੋਲਦੇ ਉਹ ਮੈਥਡ ਅਪਣਾਉਣੇ ਕਾ, ਇੱਕ ਤਾਂ ਐਕਸਟਰਾ ਇਸੇ ਇਨਕਮ ਹੋਤੀ ਹੈ, ਅਗਰ ਸਹੀ ਤਰੀਕੇ ਸੇ ਇਹ ਲੱਗ ਗਈ ਔਰ ਉਤਪਾਦਨ ਸ਼ੁਰੂ ਹੋ ਗਿਆ ਤਾਂ ਲਗਭਗ 40,000 ਰੁਪਏ ਸੇ 50,000 ਰੁਪਏ ਕੇ ਬੀਚ ਮੇ ਪਰ ਬੀਘਾ ਆਪਣੇ ਐਕਸਟਰਾ ਇਨਕਮ ਹੋ ਜਾਏਗੀ। ਦੂਸਰਾ ਇਹ ਜੋ ਵਹਾਂ ਤੋਂ ਆਪਣੇ ਮਲਚ ਕਰਦੀ ਗੰਨੇ ਕੀ ਪਰਾਲੀ ਸੇ, ਹਾਂਜੀ, ਜੇ ਜੋ ਬੀਚ ਕੀ ਜਗ੍ਹਾ ਹੈ ਹਾਂਜੀ, ਇਸਕੋ ਮਲਚ ਕਰਨੇ ਕੇ ਲੀਏ ਯੇ ਇਸਕੋ ਲਾਈ ਮਲਚ ਬੋਲਤੇ ਹੈ ਆਪਣੇ, ਯੇ ਡੈਡ ਮਲਚ ਹੋ ਗਈ ਗੰਨੇ ਕੀ ਪਰਾਲੀ ਜੋ ਕਿਉਂਕਿ ਸੁੱਕੇ ਸੇ ਹੋ ਰਹੀ ਹੈ, ਹਾਂਜੀ, ਜੋ ਹਰੇ ਸੇ ਕਰਤੇ ਹੈ ਉਹ ਲਾਈ ਮਲਚ ਹੋਤੀ ਹੈ, ਠੀਕ ਹੈ ਜੀ। ਤੋ ਬੀਚ ਮੇ ਪਿੱਲਰ ਲਗਾ ਕੇ ਔਰ ਵਾਇਰ ਬਾਂਧ ਕੇ ਉਸਕੇ ਉੱਪਰ ਯੇ ਚੜਾ ਦੇਂਗੇ ਬੇਲੋਂ ਕੋ, ਠੀਕ ਹੈ। ਤੋ ਇੱਕ ਤੋ ਵੋ ਫਰੂਟ ਕੀ ਕੁਆਲਿਟੀ ਬੜੀਆ ਰਹੇਗੀ ਉਸਕੀ, ਕਿਉਂ ਜ਼ਮੀਨ ਕੇ ਟੱਚ ਨਹੀਂ ਹੋਗਾ ਫਰੂਟ, ਤੋ ਉਸਕੀ ਕੁਆਲਿਟੀ ਬੜੀਆ ਰਹੇਗੀ, ਜਲਦੀ ਫਰੂਟ ਤਿਆਰ ਹੋਤਾ ਹੈ। ਔਰ ਦੂਸਰਾ ਯੇ ਮਲਚ ਹੋ ਜਾਏਗਾ ਤੋ ਜੋ ਵਹਾਂ ਆਪਣੇ ਟੈਂਪਰੇਚਰ ਕੋ ਬੜਨੇ ਸੇ ਰੋਕਾ ਹੈ ਕੰਟਰੋਲ ਕੀ ਟੈਂਪਰੇਚਰ ਕੋ, ਵੈਸੇ ਇਸ ਬੀਚ ਕੀ ਜਗ੍ਹਾ ਕੇ ਟੈਂਪਰੇਚਰ ਕੋ ਕੰਟਰੋਲ ਕਰ ਲੇਗਾ, ਠੀਕ ਹੈ। ਅੱਛਾ ਇਹਦੇ ਵਿਚਾਲੇ ਪਿੱਲਰ ਲਾਉਂਗੇ? ਹਾਂਜੀ ਹਾਂ, ਪਿੱਲਰ ਲਾ ਕੇ ਉਹਨਾਂ ਦੇ ਉੱਤੇ ਤਾਰ, ਫਿਰ ਉਹਨਾਂ ਦੇ ਉੱਤੇ ਵੱਲਾਂ ਚੜ੍ਹ ਜਾਂਦੀਆਂ, ਠੀਕ ਹੈ। ਉਹਦਾ ਅਸਰ ਨਹੀਂ ਹੋਊਗਾ ਦੂਜੇ ਫਰੂਟ ਦੇ ਉੱਤੇ ਜਿਵੇਂ ਕਿੰਨੂ ਹੈ? ਨਹੀਂ, ਕਿੰਨੂ ਕੀ ਤਰਫ ਤੋਂ ਬੈਲ ਜਾਏਗੀ ਨਹੀਂ ਨਾ, ਵਿੱਚ ਵਿੱਚ ਮੇ ਰਹੇਗੀ ਉਹ, ਠੀਕ ਹੈ, ਵਿੱਚ ਵਿੱਚ ਦੇ ਵਿੱਚ ਰਹੂਗੀ। ਤਾਂ ਇਹਦਾ ਤੁਸੀਂ ਵਿੱਘੇ ਦਾ ਅਗਰ ਆਪਾਂ ਲਾਈਏ, ਆਪਣੇ ਵਿੱਘੇ ਚੱਲਦੇ ਆ, ਕਿੰਨਾ ਕੁ ਤੁਹਾਨੂੰ ਉਮੀਦ ਹੈ ਵੀ ਕੱਦੂ ਹੋ ਸਕਦਾ? 40 ਸੇ 50 ਹਜ਼ਾਰ ਰੁਪਏ ਅੱਛੇ, ਅਗਰ ਅੱਛੇ ਲੱਗ ਜਾਏ ਤਾਂ, ਠੀਕ। 40-50 ਹਜ਼ਾਰ ਦਾ ਚਲੋ ਕਿੰਨੂ ਹੋ ਗਿਆ, ਆਪਣੇ ਕੱਦੂ ਹੋ ਗਿਆ ਜੀ। ਹਾਂਜੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਮਰੂਦ ਦੀ, ਹਾਂਜੀ, ਤਾਂ ਅਮਰੂਦ ਦਾ ਪਿਛਲੀ ਵਾਰ ਕੀ ਰਿਹਾ ਜਾਂ ਇਸ ਵਾਰ ਤੁਹਾਨੂੰ? ਪਿਛਲਾ ਸੀਜ਼ਨ ਜੋ ਸਰਦੀ ਦਾ ਸੀਜ਼ਨ ਤਾਂ ਆਪਣੇ 150 ਪੌਦੇ ਹੈ ਔਰ 30,000 ਕੇ ਦੀਏ ਤੇ, ਠੀਕ ਹੈ, ਠੇਕੇ ਦੇ ਦਿਆ ਤਾ, ਠੀਕ ਹੈ ਜੀ। ਅਤੇ ਕਿੰਨੂ ਦਾ? ਕਿੰਨੂ ਆਪਣੇ 27 ਰੁਪਏ ਪਰ ਕੇਜੀ ਕੇ ਹਿਸਾਬ ਸੇ ਦਿਆ ਤਾ ਔਰ 175 ਕੁਇੰਟਲ ਨਿਕਲਾ ਤਾ 4 ਬੀਘੇ ਕੇ ਲੀਏ, ਠੀਕ ਹੈ। ਤਾਂ ਲਗਭਗ ਤੁਸੀਂ ਇਹ ਦੱਸੋ ਵੀ ਹੁਣ ਤੁਸੀਂ, ਮੈਂ ਆਮ ਦੇਖਦੇ ਹਾਂ ਤਾਂ ਆਪਣੇ ਕਿੰਨੂ ਦਾ ਬਾਗ ਹੈ ਤਾਂ ਇਕੱਲਾ ਕਿੰਨੂ ਦਾ ਵਿਚਾਲੇ ਖਾਲੀ ਪਈਆਂ, ਤੁਸੀਂ ਇਹਦੇ ਵਿਚਾਲੇ 1 ਤਾਂ ਅਮਰੂਦ ਲਾ ਰੱਖੇ ਆ, ਅਮਰੂਦ ਦੇ ਨਾਲ ਹੁਣ ਤੁਸੀਂ ਕੱਦੂ ਵੀ ਲਾਤਾ, ਤਾਂ ਵਿੱਘੇ ਦਾ ਤੁਸੀਂ? ਕਰੇਲਾ ਵੀ ਹੈ ਸਾਥ ਮੇ। ਅੱਛਾ, ਠੀਕ ਹੈ ਜੀ। ਤਾਂ ਤੁਸੀਂ ਇਹਦਾ ਹੁਣ ਵਿੱਘੇ ਦਾ ਕਿੰਨੀ ਕੁ ਤੁਸੀਂ ਮੰਨਦੇ ਹੋ ਸਾਲ ਦੀ ਆਮਦਨ ਲੈ ਲਈਏ? ਸਰ ਕੋਸ਼ਿਸ਼ ਰਹੇਗੀ ਲਗਭਗ 1.5 ਸੇ 2.5 ਲੱਖ ਰੁਪਏ ਪਰ ਬੀਘਾ ਨਿਕਾਲਣੇ, ਪਰ ਬੀਘਾ ਨਿਕਾਲਣ ਦੀ, ਹਾਂ, ਬਾਕੀ ਇਸ ਵਾਰ ਕੇ ਹੱਥ ਮੇ ਹੈ। ਹਾਂ ਸਹੀ ਹੈ ਜੀ, ਮੌਸਮ ਡਿਪੈਂਡ ਕਰਦਾ ਜੀ ਬਹੁਤ ਜ਼ਿਆਦਾ, ਠੀਕ ਹੈ ਜੀ। ਤਾਂ ਕਿੰਨੂ ਵੀ ਬਹੁਤ ਚੰਗਾ ਖੜ੍ਹਾ ਜੀ ਆਪਣੇ, ਹੈ ਅੱਛਾ ਜੀ, ਇਸ ਵਾਰ ਲੰਬੇ ਟਾਈਮ ਤੱਕ ਜੋ ਠੰਡ ਰਹੀ ਹੈ ਉਸਕੇ ਕਾਰਨ ਸੇ ਫਰੂਟ ਸੈੱਟ ਅੱਛਾ ਹੋ ਗਿਆ ਹੈ, ਇਸ ਵਾਰ ਠੀਕ।
किसान साथी हो, बहुत ही प्रगतिशील किसान ने वेद भाई जी, युवा किसान ने इन्ह नवे काम किए तजर्बे किए ने। सो सारू उम्मीद है थोड़ू वीडियो बहुत चंगी लगी होगी।